ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸ਼੍ਰੀ ਗੋਪਾਲ ਗਊਸ਼ਾਲਾ ਪਾਤੜਾ ਦੇ ਵਿੱਚ ਗਊਆਂ ਦੇ ਲਈ ਸ਼ੈੱਡ ਬਣਾਉਣ ਦੀ ਸ਼ੁਰੂਆਤ। ਗਊ ਸੇਵਾ ਉੱਤਮ ਸੇਵਾ ਨੂੰ ਲੈ ਕੇ ਸ਼ਹਿਰ ਅੰਦਰ ਸੰਤ ਮੋਨੀ ਜੀ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇਲਾਕੇ ਵਿੱਚ ਕਾਫੀ ਗਊਸ਼ਾਲਾਵਾਂ ਚੱਲ ਰਹੀਆਂ ਹਨ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗਊਆਂ ਦਾ ਰਹਿਣ ਬਸੇਰਾ ਹੈ। ਉਸ ਦੇ ਤਹਿਤ ਹੀ ਸ਼੍ਰੀ ਗੋਪਾਲ ਗਊਸ਼ਾਲਾ ਪਾਤੜਾ ਵਿਖੇ 5 ਏਕੜ 'ਚ ਚੱਲ ਰਹੀ ਗਊਸ਼ਾਲਾ 'ਚ ਕਰੀਬ 4,000 ਗਊਆਂ ਦੀ ਸਥਾਨ ਸੰਭਾਲ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਹਿਰ ਅਤੇ ਇਲਾਕੇ ਦੇ ਦਾਨੀ ਪੁਰਸ਼ਾਂ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ। ਇਸ ਗਊਸ਼ਾਲਾ ਦੇ ਵਿੱਚ ਗਊ ਸੇਵਾ ਕਮਿਸ਼ਨ ਦੇ ਵੱਲੋਂ ਮਿਲੀ 6 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਸ਼ੈੱਡ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਜਿਹੜਾ ਸ਼ੈੱਡ ਬਣ ਰਿਹਾ ਜੀ, ਇਹ ਅਸੀਂ ਹੁਣ 45x105 ਸ਼ੈੱਡ ਬਣਾ ਰਹੇ ਹਾਂ। ਇਹ ਗਊ ਸੇਵਾ ਕਮਿਸ਼ਨ ਵੱਲੋਂ ਸਾਨੂੰ 6,17,000 ਰੁਪਏ ਦੀ ਗ੍ਰਾਂਟ ਆਈ ਹੈ ਅਤੇ ਉਹਦੇ ਨਾਲ ਤਾਂ ਚਲੋ ਗ੍ਰਾਂਟ ਬੜੀ ਘੱਟ ਹੈ ਅਤੇ ਅਸੀਂ ਨਗਰ ਕੌਂਸਲ ਨੂੰ ਬੇਨਤੀ ਕੀਤੀ ਹੈ ਕਿ ਵੀ ਤੁਹਾਡੇ ਕੋਲ ਗਊ ਸੈੱਸ ਇਕੱਠਾ ਹੋਇਆ ਹੋਇਆ ਵੀ ਅਸੀਂ ਇੱਕ ਸ਼ੈੱਡ ਦੀ ਬਣਾ ਰਹੇ ਹਾਂ ਵੀ ਇਹਦੇ ਵਿੱਚ ਤੁਸੀਂ ਵੀ ਯੋਗਦਾਨ ਪਾਓ। ਉੱਥੋਂ ਸਾਨੂੰ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਭਰੋਸਾ ਦਿੱਤਾ ਕਿ ਵੀ ਜਿਹੜਾ 6,17,000 ਰੁਪਏ ਤੁਹਾਡੇ ਕੋਲ ਆਇਆ ਇਹ ਅਤੇ ਬਾਕੀ ਜਿੰਨਾ ਇਹਦੇ ਹੋਰ ਖਰਚਾ ਤਕਰੀਬਨ ਐਸਟੀਮੇਟ ਸਾਡਾ ਇੱਥੇ 15 ਲੱਖ ਰੁਪਇਆ ਖਰਚਾ ਆਉਣਾ ਅਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਉਹ ਨਗਰ ਕੌਂਸਲ ਵੱਲੋਂ ਦੇ ਦੇਵਾਂਗੇ ਕਿਉਂਕਿ ਬਹੁਤ ਸਾਰੇ ਅਸੀਂ ਕੈਟਲ ਪਾਉਂਡ ਦੇ ਵਿੱਚ ਇੱਥੇ ਜਿਹੜੇ ਗਊਆਂ ਨੇ ਇਹ ਸ਼ਹਿਰ 'ਚੋਂ ਫੜ ਕੇ ਇੱਥੇ ਲੈ ਕੇ ਆਏ ਹਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ ਅਤੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ ਉਹਨਾਂ ਨੂੰ ਤੁਹਾਨੂੰ ਪਰ ਡੇ ਗਊ ਦਾ ਜੋ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਉਹਦਾ ਵੀ ਕੋਈ ਖਰਚਾ ਦੇਵਾਂਗੇ। ਅਗਰ ਉਹ ਦਿੰਦੇ ਨੇ ਤਾਂ ਗਊਸ਼ਾਲਾ ਦਾ ਗਊਆਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਪਹਿਲਾਂ ਸ਼ੈੱਡ ਕਿੰਨੇ ਹੈਗੇ ਨੇ ਗਊਸ਼ਾਲਾ? ਪਹਿਲਾਂ ਜੀ ਇਹ ਸ਼ੈੱਡ ਤਾਂ ਕਾਫੀ ਨੇ, 4,000 ਗਊਆਂ ਨੇ। ਅਗਰ ਜੇ ਹਾਂ 10-12 ਦੇ ਕਰੀਬ ਸ਼ੈੱਡ ਨੇ ਸਾਡੇ ਕੋਲ ਅਤੇ ਉਹ ਸ਼ੈੱਡ ਘੱਟ ਨੇ। ਆਹ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਇਹ ਗਊਆਂ ਹੁਣ ਬਾਹਰ ਖੜੀਆਂ ਨੇ ਅਤੇ ਸਰਦੀ ਬੜੀ ਹੈ, ਠੰਡ ਬੜੀ ਹੈ ਅਤੇ ਉਹਦੇ ਵਾਸਤੇ ਸ਼ੈੱਡਾਂ ਦੀ ਹੋਰ ਜ਼ਰੂਰਤ ਹੈ। ਜਗ੍ਹਾ ਦੀ ਵੀ ਬਹੁਤ ਘਾਟ ਆ ਸਾਡੇ ਕੋਲ, ਜਿੰਨੀਆਂ ਗਊਆਂ ਨੇ ਉਸ ਦੇ ਮੁਤਾਬਕ ਜਗ੍ਹਾ ਬਹੁਤ ਘੱਟ ਹੈ ਅਤੇ ਕੋਈ ਸਰਕਾਰ ਵੱਲੋਂ ਜਗ੍ਹਾ ਦਾ ਕੋਈ ਉਪਰਾਲਾ ਹੋ ਜਾਵੇ। ਸ਼ੈੱਡ ਬਣ ਗਿਆ, ਕਿੰਨੇ ਗਊਆਂ ਨੂੰ ਨਿਵਾਸ ਜਿਹਾ ਮਿਲੂ ਉੱਥੇ ਰਹਿਣ ਵਾਸਤੇ? ਇਹਨਾਂ ਨੂੰ ਜੀ ਇਹਦੇ 'ਚ ਜਿਸ ਤਰ੍ਹਾਂ ਹੁਣ ਇਹ ਗਊਆਂ ਖੜੀਆਂ ਨੇ ਕੋਈ 500-400 ਗਊ ਇਹਦੇ ਥੱਲੇ ਖੜ ਸਕਦੀ ਹੈ। ਹਾਂ ਲੋੜ ਹੈ, ਜ਼ਰੂਰਤ ਹੈ ਸ਼ੈੱਡਾਂ ਸ਼ੁੱਡਾਂ ਦੀ ਅਤੇ ਕਿਉਂਕਿ ਖਰਚਾ ਬਹੁਤ ਹੈ, ਮਹਿੰਗਾਈ ਬਹੁਤ ਹੈ, ਖਰਚਾ ਬੜਾ ਹੁੰਦਾ ਅਤੇ ਖਰਚੇ ਦੇ ਨਾਲ ਹੀ ਗਊਸ਼ਾਲਾ ਚੱਲਣੀ ਹੈ। ਸੋ ਫਿਰ ਚਲੋ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿੰਨਾ ਕੁ ਉਹਨਾਂ ਨੇ ਸੋਚਿਆ ਉਹ ਵੀ ਬਹੁਤ ਧੰਨਵਾਦ ਹੈ। ਅੱਗੇ ਹੋਰ ਜ਼ਮੀਨ ਦੀ ਇਸ ਤਰ੍ਹਾਂ ਗੱਲ ਹੈ ਜੀ, ਚਾਹੇ ਜੇ ਹੁਣ ਜਿਵੇਂ ਹੁਣ ਸਾਡੇ ਕੋਲ ਇਹ 5-5.5 ਏਕੜ ਦੇ ਵਿੱਚ ਹੈ, ਸਾਨੂੰ 3-4 ਏਕੜ ਜ਼ਮੀਨ ਦੀ ਹੋਰ ਜ਼ਰੂਰਤ ਹੈ ਇਹਨਾਂ ਗਊਆਂ ਦੇ ਰਹਿਣ ਸਹਿਣ ਵਾਸਤੇ ਕਿਉਂਕਿ ਜਦੋਂ ਗਊਆਂ ਨੂੰ ਇੱਕ ਪਾਸੋਂ ਇੱਕ ਸ਼ੈੱਡ ਦੀ ਸਫਾਈ ਹੁੰਦੀ ਹੈ ਅਤੇ ਦੂਜੇ ਪਾਸੇ ਗਊਆਂ ਆ ਜਾਂਦੀਆਂ ਨੇ ਅਤੇ ਉਹ ਗਊਆਂ ਆਉਣ ਦੇ ਨਾਲ ਫਿਰ ਜਗ੍ਹਾ ਸੁੱਕੀ ਵੀ ਚਾਹੀਦੀ ਹੈ। ਅਗਰ 4-5 ਏਕੜ ਇੰਨੀ ਉਹ ਜ਼ਮੀਨ ਹੋਰ ਮਿਲੇ ਤਾਂ ਇਹ ਜਿਹੜੀ ਗਊਆਂ ਦੀ ਜਿਹੜੀ ਵਧੀਆ ਢੰਗ ਨਾਲ ਵਿਵਸਥਾ ਹੋ ਸਕਦੀ ਹੈ। ਸੋ ਜੇ ਸਰਕਾਰ ਇਹਨਾਂ ਚੀਜ਼ਾਂ ਨੂੰ ਕੋਈ ਪੰਚਾਇਤੀ ਜ਼ਮੀਨਾਂ ਨੇ ਜਾਂ ਜਿੱਥੇ ਵੀ ਕੋਈ ਸਰਕਾਰ ਕੋਲ ਜ਼ਮੀਨ ਹੈ ਉਹ ਜੇ ਦੇ ਦੇ ਤਾਂ ਇਹਨਾਂ ਦਾ ਵਧੀਆ, ਜਿੰਨੀਆਂ ਵੀ ਗਊਆਂ ਬਾਹਰ ਨੇ ਉਹਨਾਂ ਦਾ ਵਧੀਆ ਨਿਰਵਾਹ ਹੋ ਸਕਦਾ ਹੈ। ਲੱਗਦਾ ਵੀ ਉਹ ਬਣੀਆਂ ਨੇ ਜਾਂ ਕੋਈ ਗਊਸ਼ਾਲਾਵਾਂ ਜੀ? ਸਾਡੇ ਏਰੀਏ 'ਚ ਸਮਾਣਾ ਗਾਜੀਪੁਰ ਗਊਸ਼ਾਲਾ ਗਾਜੀਪੁਰ ਗਊਸ਼ਾਲਾ ਬਣੀ ਹੈ। ਚਲੋ ਉਹ ਵੀ ਬੜਾ ਵੱਡਾ ਫਾਇਦਾ ਹੈ, ਕੁਛ ਤਾਂ ਗਊਆਂ ਉਹਨਾਂ ਨੇ ਸੰਭਾਲੀਆਂ ਉੱਥੇ। ਜੇ ਇਸ ਤਰ੍ਹਾਂ ਹੀ ਕੋਈ ਇਲਾਕਿਆਂ ਦੇ ਵਿੱਚ ਕਿਤੇ ਹੋਰ ਬਣ ਜਾਣ ਤਾਂ ਜਿੰਨਾ ਇਹ ਪਸ਼ੂ ਧਨ ਹੈ, ਜਿੰਨਾ ਗਊ ਧਨ ਹੈ, ਇਹ ਬਾਹਰ ਸੜਕਾਂ 'ਤੇ ਹੈ, ਉਹ ਸਾਰਾ ਅੰਦਰ ਆ ਜਾਵੇ ਅਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਾਤੜਾ ਤੋਂ ਸਤਪਾਲ ਕਰਕੇ ਰਿਪੋਰਟ।